ਪਾਕਿਸਤਾਨ ਦੇ ਵਿੱਚ ਜਿਹੜੇ ਲੋਕ ਫਲੱਡ ਤੋਂ ਅਫੈਕਟਿਡ ਹੋਏ ਸੀ, ਜਿਹੜੇ ਉਹਨਾਂ ਦੀ ਮਦਦ ਕਰ ਰਹੇ ਸੀ, ਸਾਰੇ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਆ। ਹਾਂਜੀ ਜੀ, ਲੇਕਿਨ ਇੱਕ ਜਿਹੜੀ ਆਰਗੇਨਾਈਜੇਸ਼ਨ ਆ ਉਹ ਹਜੇ ਤੱਕ ਆਪਣੇ ਘਰਾਂ ਨੂੰ ਨਹੀਂ ਗਈ, ਪਾਕਿਸਤਾਨੀ ਭਰਾਵਾਂ ਦੀ ਮਦਦ ਕਰ ਰਹੀ ਹੈ। ਬਿਲਕੁਲ ਜੀ, ਉਹਦਾ ਨਾਂ ਜੀ ਖਾਲਸਾ ਐਡ। ਆਓ ਦੇਖੀਏ ਖਾਲਸਾ ਐਡ ਹਜੇ ਤੱਕ ਪਾਕਿਸਤਾਨੀ ਭਰਾਵਾਂ ਦੀ ਕਿਸ ਤਰ੍ਹਾਂ ਮਦਦ ਕਰ ਰਹੀ ਹੈ। ਬਿਲਕੁਲ, ਪਹਿਲਾਂ ਦੇਖਦੇ ਹਾਂ ਵੀਡੀਓ, ਫੇਰ ਕਰਦੀ ਹਾਂ ਰਿਐਕਸ਼ਨ। ਗੋ ਜੀ, ਅਸਲਾਮ ਅਲੈਕੁਮ, ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਸਕਦੇ ਹੋ ਅੱਜ ਅਸੀਂ ਕੇਪੇ ਕੀ ਟੀਮ ਜਿਹੜੀ ਹੈ ਕਾਰਸਾਈਡ ਇੰਟਰਨੈਸ਼ਨਲ ਦੀ, ਉਹ ਅੱਜ ਜਿਹੜੀ ਹੈ ਨਾ ਇੱਥੇ ਕੇਪੇ ਕੇ ਡੀ ਏ ਖਾਨ ਦੇ ਵਿੱਚ ਇੱਕ ਪਿੰਡ ਹੈ 68-16, ਉਹਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇੱਥੇ ਜਿਹੜੇ ਸੈਲਾਬ ਤੋਂ ਬਹੁਤ ਜ਼ਿਆਦਾ ਲੋਕ ਮੁਤਾਸਰ ਹੋਏ ਸਨ, ਉਹਨਾਂ ਦੇ ਘਰ ਤਬਾਹ ਹੋਏ, ਉਹਨਾਂ ਨੂੰ ਅਸੀਂ ਖੈਮਾ ਬਸਤੀ ਬਣਾ ਕੇ ਦੇ ਰਹੇ ਹਾਂ ਲੋਕਾਂ ਨੂੰ, ਤਾਂ ਕਿ ਜਿਹੜੇ ਉਹ ਲੋਕ ਇੱਕ ਸਾਈਡ 'ਤੇ ਜਿਹੜਾ ਨਾ ਕਾਰਸਾਈਡ ਸਾਰੇ ਤਬਾਹ ਨੇ, ਪਰ ਉਹ ਇੱਕ ਸਾਈਡ 'ਤੇ ਜਿਹੜਾ ਨਾ ਲੋਕ ਰਹਿਣਗੇ। ਅਤੇ ਤੁਸੀਂ ਵੇਖ ਸਕਦੇ ਹੋ ਕਿ ਖਾਲਸਾ ਇੰਟਰਨੈਸ਼ਨਲ ਨੇ ਇੱਕ ਕੰਮ ਪ੍ਰੋਵਾਈਡ ਕੀਤੇ ਸਨ ਇੱਥੇ ਪਾਕਿਸਤਾਨ ਦੇ ਵਿੱਚ, ਅਤੇ ਅਸੀਂ ਦਿਖਾ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਸਾਰਾ ਕਿ ਜਿੰਨੇ ਵੀ ਖੈਮਾ ਬਸਤੀ ਜਿਹੜੀ ਹੈ ਨਾ ਸਾਈਡ 'ਤੇ, ਜਿੰਨੀਆਂ ਵੀ ਵਲੰਟੀਅਰਸ ਨੇ ਕੇ ਪੀ ਕੇ ਟੀਮ ਦੇ, ਉਹ ਸਾਰੇ ਜਿਹੜੇ ਨੇ ਉਹ ਕੈਂਪ ਲਗਾ ਰਹੇ ਨੇ। ਖਾਲਸਾ ਐਡ ਵਾਲਿਆਂ ਨੂੰ ਸਲੂਟ ਹੈ ਸਰ। ਬਿਲਕੁਲ, ਸਾਰੇ ਲੋਕ ਜਿਹੜੇ ਆ ਆਪਣੇ ਘਰਾਂ ਨੂੰ ਚਲੇ ਗਏ ਆ। ਬਿਲਕੁਲ ਜੀ, ਖਾਲਸਾ ਐਡ ਵਾਲੇ ਸਿੱਖ ਭਰਾ ਜਿਹੜੇ ਨੇ ਅਜੇ ਵੀ ਪਾਕਿਸਤਾਨੀ ਮੁਸਲਮਾਨ ਭਰਾਵਾਂ ਦੇ ਨਾਲ ਖੜੇ ਨੇ। ਬਿਲਕੁਲ ਜੀ, ਕੇ ਪੀ ਕੇ ਦੇ ਵਿੱਚ ਉਹ ਕੰਮ ਕਰ ਰਹੇ ਨੇ ਜਿਹੜੇ ਸਾਡੇ ਮੁਸਲਮਾਨ ਭਰਾ ਮੁਸਲਮਾਨ ਭਰਾਵਾਂ ਵਾਸਤੇ ਨਹੀਂ ਕਰ ਸਕੇ। ਬਿਲਕੁਲ ਜੀ, ਯਾਨੀ ਕਿ ਖਾਲਸਾ ਐਡ ਵਾਲੇ ਉਹਨਾਂ ਨੂੰ ਬਕਾਇਦਾ ਤੌਰ ਤੇ ਇੱਕ ਬਸਤੀ ਬਣਾ ਕੇ ਦੇ ਰਹੇ ਨੇ, ਖੈਮਾ ਬਸਤੀ ਉਹਦਾ ਨਾਮ ਹੈ, ਔਰ ਇਹ ਟੋਟਲ ਜਿਹੜਾ ਕੰਮ ਹੈ ਇਹ ਖਾਲਸਾ ਐਡ ਵੱਲੋਂ ਹੈ। ਖਾਲਸਾ ਐਡ ਵੱਲੋਂ ਕੀਤਾ ਜਾ ਰਿਹਾ ਔਰ ਬਹੁਤ ਵਧੀਆ ਕੰਮ ਕੀਤਾ ਜਾ ਰਿਹਾ ਕਿ ਜਿਹੜੇ ਲੋਕ ਅਸਮਾਨ ਤਲੇ ਪਏ ਨੇ ਉਹਨਾਂ ਨੂੰ ਜਿਹੜਾ ਕਿ ਇੱਕ ਮਹਿਫੂਜ਼ ਜਗ੍ਹਾ ਦਿੱਤੀ ਜਾ ਰਹੀ ਹੈ ਕਿ ਤੁਸੀਂ ਬਈ ਇੱਥੇ ਰਹੋ। ਪੰਜਾਬੀ ਲਹਿਰ ਵਾਲੇ ਢਿੱਲੋਂ ਸਾਹਿਬ ਜਿਹੜੇ ਆ ਉਹ ਵੀ ਵਾਪਸ ਆ ਚੁੱਕੇ ਨੇ। ਬਿਲਕੁਲ, ਵਕਾਰ ਪਿੰਡਰ ਸਾਹਿਬ ਵੀ ਵਾਪਸ ਆ ਚੁੱਕੇ ਨੇ, ਹਾਂਜੀ, ਲੇਕਿਨ ਉਹਦੇ ਤੱਕ ਖਾਲਸਾ ਐਡ ਵਾਲੇ ਹਜੇ ਵੀ ਉੱਥੇ ਮੌਜੂਦ ਨੇ, ਬਿਲਕੁਲ ਪਾਕਿਸਤਾਨੀ ਭਰਾਵਾਂ ਦੀ ਮਦਦ ਕਰ ਰਹੇ ਨੇ, ਔਰ ਬਹੁਤ ਵਧੀਆ ਖਾਲਸਾ ਐਡ ਦੀ ਜਿਹੜੀ ਟੀਮ ਹੈ ਬਹੁਤ ਵਧੀਆ ਕੰਮ ਕਰਦੀ ਪਈ ਆ ਔਰ ਅਜੇ ਵੀ ਉੱਥੇ ਮੌਜੂਦ ਹੈ। ਅੱਛਾ, ਇੱਕ ਹੋਰ ਗੱਲ, ਇੱਕ ਨਾ ਖਾਲਸਾ ਐਡ ਦੇ ਕਾਰਕੁਨ ਹੈਗੇ ਨੇ, ਹਾਂਜੀ, ਉਹਨਾਂ ਨੇ ਨਾ ਮੈਨੂੰ ਮੈਸੇਜ ਕਰਕੇ ਦੱਸਿਆ ਹੈ ਕਿ ਹੁਣ ਜਿਹੜਾ ਵੈ ਉਹ ਪਾਕਿਸਤਾਨ ਦੇ ਵਿੱਚ ਉਹ ਜਿਹੜੇ ਘਰ ਤਬਾਹ ਹੋ ਗਏ ਨਾ ਉਹਨਾਂ ਨੂੰ ਰੀਕੰਸਟਰਕਟ ਕਰਨ ਦੇ ਬਾਰੇ ਜਿਹੜਾ ਉਹ ਸੋਚਿਆ ਜਾ ਰਿਹਾ, ਉਹਨਾਂ ਦੇ ਬਾਰੇ ਫੰਡ ਜਿਹੜਾ ਉਹ ਇਕੱਠਾ ਕੀਤਾ ਜਾ ਰਿਹਾ। ਬਿਲਕੁਲ ਜੀ ਯਾਰ, ਮੈਂ ਕਹਿੰਦਾ ਯਾਰ ਐਡੇ ਸੱਚੇ ਤੇ ਸੁੱਚੇ ਦਿਲ ਮੈਂ ਕਦੀ ਨਹੀਂ ਦੇਖੇ ਯਾਰ। ਕਿਆ ਵੀ ਇੱਕ ਅਗਰ ਕਿਸੇ ਦੀ ਮਦਦ ਕਰਨੀ ਹੈ ਤੇ ਫਿਰ ਵੱਧ ਚੜ ਕੇ ਕਰੋ, ਵੱਧ ਚੜ ਕੇ ਕਰੋ, ਯਾਨੀ ਕਿ ਐਂਡ ਤਿੱਕਰ ਸਾਥ ਦਿਓ, ਯਾਨੀ ਕਿ ਵਿੱਚ ਤੱਕ ਵਿੱਚ ਹੀ ਉਹਨਾਂ ਨੂੰ ਛੱਡ ਕੇ ਤੇ ਚਲੇ ਜਾਓ। ਹਾਂ ਬਿਲਕੁਲ, ਇਸੇ ਤਰ੍ਹਾਂ ਹੀ ਆ। ਬਾਕੀ ਸਾਨੂੰ ਜੋ ਲੱਗਦਾ ਜੀ ਖਾਲਸਾ ਐਡ ਬਾਰੇ ਤੁਹਾਨੂੰ ਦੱਸਿਆ ਆ, ਸਾਨੂੰ ਬਹੁਤ ਵਧੀਆ ਲੱਗਾ ਜੀ ਸਿੱਖਾਂ ਭਰਾਵਾਂ ਦਾ ਜਿਹੜਾ ਸਾਡਾ ਸਾਥ। ਬਿਲਕੁਲ ਜੀ, ਸਿੱਖ ਭਰਾਵਾਂ ਨੇ ਔਰ ਖਾਲਸਾ ਐਡ ਨੇ ਜਿਸ ਤਰ੍ਹਾਂ ਪਾਕਿਸਤਾਨੀ ਭਰਾਵਾਂ ਦੀ ਮਦਦ ਕੀਤੀ ਹੈ, ਅਸੀਂ ਉਹਨਾਂ ਨੂੰ ਜੀ ਸਲੂਟ ਕਰਦੇ ਹਾਂ, ਸਲੂਟ ਕਰਦੇ ਹਾਂ, ਔਰ ਹਜੇ ਤੱਕਰ ਪਾਕਿਸਤਾਨੀ ਭਰਾਵਾਂ ਦੀ ਉਹ ਬੇਸ਼ੁਮਾਰ ਮਦਦ ਕਰ ਰਹੇ ਨੇ। ਬਿਲਕੁਲ, ਇਸ ਤਰ੍ਹਾਂ ਹੀ ਅਸੀਂ ਉਹਨਾਂ ਦਾ ਦਿਲੋਂ ਸ਼ੁਕਰੀਆ ਕਰਦੇ ਹਾਂ, ਥੈਂਕ ਯੂ ਕਰਦੇ ਹਾਂ। ਬਿਲਕੁਲ, ਤੇ ਤੁਹਾਨੂੰ ਜੋ ਲੱਗਦਾ ਖਾਲਸਾ ਐਡ ਬਾਰੇ ਸਾਨੂੰ ਜ਼ਰੂਰ ਕਮੈਂਟ ਦੇ ਵਿੱਚ ਲਾ ਕੇ ਦੱਸੋ, ਤੇ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ, ਉਦੋਂ ਤੱਕ ਸਾਨੂੰ ਦਿਓ ਇਜਾਜ਼ਤ, ਅੱਲਾਹ ਹਾਫਿਜ਼।